ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ مسیحی ਭਾਈਚਾਰੇ ਨੂੰ ਮੇਰੇ ਵੱਲੋਂ ਜਾਨੀ ਕਿ ਮਸੀਹੀ ਅਕਾਲੀ ਆਗੂ सुरेंद्र ਸਹੋਤਾ ਵੱਲੋਂ ਪਿਆਰ ਭਰੀ ਜੈਮਸੀਦੀ ਜੈ ਯਿਸੂਦੀ ਜੀ ਦੋਸਤੋ ਜਿਵੇਂ ਅਸੀਂ ਜਾਣਦੇ ਹਾਂ ਕਿ ਪਹਿਲਾਂ ਹੀ ਅਸੀਂ ਜਿਸ ਲੜਾਈ ਨੂੰ ਲੜ ਰਹੇ ਸੀ ਔਰ ਹੁਣ ਇੱਕ ਤਾਜ਼ਾ ਹੀ ਮਸਲਾ ਸਾਹਮਣੇ ਆ ਗਿਆ ਜਿਹਦੇ ਵਿੱਚ ਗਿਆਨੀ ਜਸਵੰਤ ਸਿੰਘ ਨੇ ਜੋ ਪਵਿੱਤਰ ਧਰਮ ਗ੍ਰੰਥ ਬਾਈਬਲ ਦੀ ਔਰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਨੂੰ ਲੈ ਕੇ ਜੋ ਪੱਦੀ ਟਿੱਪਣੀ ਕੀਤੀ ਹੈ ਜੋ ਉਹਦੇ ਤੇ ਬੋਲਿਆ ਹੈ ਸੋ ਉਸ ਦੇ ਵਿਸ਼ੇ ਦੇ ਵਿੱਚ ਪਹਿਲਾਂ ਤਾਂ ਮੈਂ ਉਹਦੀ ਸਖਤ ਸ਼ਬਦਾਂ ਚ ਨਿੰਦਿਆ ਕਰਦਾ ਔਰ ਨਾਲ ਦੀ ਨਾਲ ਮੈਂ ਮੇਰਾ ਜੋ ਵੀਡੀਓ ਬਣਾਉਂਦਾ ਜੋ ਤੁਹਾਡੇ ਅੱਗੇ ਭੇਜਦਾ ਮਕਸਦ ਇਹ ਹੈ ਮੈਂ तमाम مسیਹ ਨੇਤਾਵਾਂ ਨੂੰ ਔਰ ਅਤੀ ਸਧਿਕਾਰ ਜੋ ਪਾਪਰਸ ਪਾਸਟਰ ਸਾਹਿਬਾਨਾਂ ਨੂੰ ਔਰ ਸਾਰੇ ਕਲਿਸੀਆਂ ਨੂੰ ਇਹ ਬੇਨਤੀ ਕਰਾਂਗਾ ਸਾਰੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਹੁਣ ਵੀ ਸਮਾਂ ਹੈ ਜਿਵੇਂ ਪਹਿਲਾਂ ਮੈਂ ਵੀਡੀਓ ਦੇ ਵਿੱਚ ਕਹਿ ਚੁੱਕਾ ਵਾਂ ਕਿ ਮੁੱਠ ਬਣਨ ਦੀ ਲੋੜ ਹੈ ਸਾਨੂੰ ਅਸੀਂ ਉਂਗਲਾ ਬਣ ਕੇ ਵੱਖਰੇ ਵੱਖਰੇ ਤਰੀਕੇ ਨਾਲ ਜਿੱਦਾਂ ਅਸੀਂ ਰੋਸ਼ ਪ੍ਰਦਰਸ਼ਨ ਕਰਦੇ ਸੀ ਔਰ ਵਿੱਚੋਂ ਬਹੁਤ ਸਾਰੇ ਆਨੇ ਮਾਫੀ ਵਾਲੀ ਗੱਲ ਵੀ ਕੀਤੀ ਜਿਹਦੇ ਨਾਲ ਉਹ ਮਸਲਾ ਜਿਹੜਾ ਬਿਲਕੁਲ ਠੰਡਾ ਜਾ ਪੈ ਗਿਆ ਔਰ ਦੋਸਤੋ ਬਾਦ ਹੁਣ ਜਿਹੜੀ ਗੱਲ ਹੈ ਕਿ ਤਾਜ਼ਾ ਮਸਲਾ ਫੇਰ ਸਾਹਮਣੇ ਆਇਆ ਹੋਰ ਵੀ ਕਈ ਤਰੀਕੇ ਦੇ ਲੋਕ ਉੱਠ ਰਹੇ ਨੇ اور ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਸਾਡੇ ਭਾਈਚਾਰੇ ਨੂੰ ਚੁੰਡੀ ਵੱਡੀ ਗਈ ਹੈ ਦੇਖਣਾ ਚਾਹੁੰਦੇ ਨੇ ਕੀ ਕਰਦੇ ਨੇ ਤੇ ਮੈਂ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਅਸੀਂ ਸ਼ਾਂਤੀ ਦੇ ਪ੍ਰਤੀਕ ਜ਼ਰੂਰ ਹਾਂ ਲੇਕਿਨ بار بار ਜੇਕਰ ਕੋਈ ਸਾਡੀ ਪਵਿੱਤਰ ਧਰਮ ਗ੍ਰੰਥ ਬਾਈਬਲ ਦੇ ਉੱਤੇ ਜਾਂ ਸਾਡੀ ਜੋ ਹਾਲੇਲੂਇਆ ਜਕਾਰਾ ਆਵਾਜ਼ਾਂ ਜਾਂ ਸਾਡੇ ਜੋ ਪ੍ਰਚਾਰਨ ਨੂੰ ਲੈ ਕੇ ਜੇ ਕੋਈ ਗੱਲ ਕਰੇਗਾ ਤੇ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸੋ ਮੈਂ ਭਾਈਚਾਰੇ ਨੂੰ ਬੇਨਤੀ ਕਰਾਂਗਾ ਕੀ ਇੱਕ ਮੁੱਟ ਹੋ ਕੇ ਇਹਦੇ ਵਿਰੁੱਧ ਆਵਾਜ਼ ਉਠਾਈਏ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਹਰ ਕੋਈ ਉੱਠ ਕੇ ਸਾਡੀ ਪਵਿੱਤਰ ਬਾਈਬਲ ਦੇ ਖਿਲਾਫ ਔਰ ਸਾਡੇ ਪ੍ਰਭੂ ਦੇ ਖਿਲਾਫ ਔਰ ਪਵਿੱਤਰ ਜੀਕਾਲੀ ਦੇ ਖਿਲਾਫ ਬੋਲੇਗਾ ਅੱਜ ਸਮਾਂ ਹੈ ਆਪਣੀਆਂ ਸੁੱਤੀਆਂ ਜ਼ਮੀਰਾਂ ਨੂੰ ਜਗਾ ਲਓ ਔਰ ਤਾਂ ਜੋ ਅਸੀਂ ਮਿਲ ਕੇ ਇਹਨਾਂ ਲੋਕਾਂ ਨੂੰ ਇੱਕ ਵੱਡਾ ਮੈਸੇਜ ਦੇ ਸਕੀਏ ਕਿ ਮਸੀਹ ਲੋਕ ਸ਼ਾਂਤੀ ਦੇ ਪ੍ਰਤੀਕ ਜ਼ਰੂਰ ਨੇ ਬਾਦਸੀ ਆਪਣੇ ਪਵਿੱਤਰ ਬਾਈਬਲ ਦੇ ਖਿਲਾਫ ਆਪਣੇ ਪ੍ਰਭੂ ਦੇ ਖਿਲਾਫ ਕੋਈ ਵੀ ਸ਼ਬਦ ਜਿਹੜਾ ਵਾ ਉਹ ਬਰਦਾਸ਼ਤ ਨਹੀਂ ਕਰਾਂਗੇ ਸੋ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ ਧੰਨਵਾਦੀ